ਸਤਿ ਸ੍ਰੀ ਅਕਾਲ ਜੀ। ਅਜੀਤ ਵੈਬ ਟੀ ਵੀ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਅਜੀਤ ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਨਿੱਘਾ ਸਵਾਗਤ ਹੈ। ਮੈਂ ਹਾਂ ਕਮਲਪ੍ਰੀਤ ਸਿੰਘ ਅਤੇ ਰੋਜ਼ਾਨਾ ਦੀ ਤਰ੍ਹਾਂ ਆਓ ਸਭ ਤੋਂ ਪਹਿਲਾਂ ਇੱਕ ਝਾਤ ਅੱਜ ਦੀਆਂ ਚੋਣਵੀਆਂ ਖਬਰਾਂ 'ਤੇ। ਨਸ਼ਾ ਤਸਕਰਾਂ ਖਿਲਾਫ਼ ਕੈਪਟਨ ਸਰਕਾਰ ਦਾ ਅਹਿਮ ਫੈਸਲਾ, ਮੌਤ ਦੀ ਸਜ਼ਾ ਦੇਣ ਲਈ ਕੇਂਦਰ ਨੂੰ ਭੇਜਿਆ ਪ੍ਰਸਤਾਵ। ਨਸ਼ਿਆਂ ਦੇ ਮੁੱਦੇ 'ਤੇ ਭਾਜਪਾ ਵੱਲੋਂ ਕੈਪਟਨ ਸਰਕਾਰ ਖਿਲਾਫ਼ ਸੂਬੇ ਭਰ 'ਚ ਅਰਥੀ ਫੂਕ ਮੁਜ਼ਾਹਰੇ। ਨਹੀਂ ਰੁਕ ਰਿਹਾ ਨਸ਼ੇ ਕਾਰਨ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ, ਫਿਰੋਜ਼ਪੁਰ ਅਤੇ ਤਲਵੰਡੀ ਸਾਬੋ 'ਚ 3 ਨੌਜਵਾਨਾਂ ਦੀ ਮੌਤ। ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ, ਅਫਗਾਨਿਸਤਾਨ ਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਕੋਲ ਕਰਾਂਗੇ ਪਹੁੰਚ। ਅਤੇ ਬੁਰਾੜੀ ਕਾਂਡ ਸੰਬੰਧੀ ਹੈਰਾਨੀਜਨਕ ਖੁਲਾਸੇ, ਮੁਕਤੀ ਪ੍ਰਾਪਤੀ ਲਈ ਕੀਤੀ ਹੋ ਸਕਦੀ ਹੈ ਸਮੂਹਿਕ ਖੁਦਕੁਸ਼ੀ। ਅਤੇ ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਮੰਤਰੀ ਮੰਡਲ ਦੀ ਚੰਡੀਗੜ੍ਹ ਵਿਖੇ ਹੰਗਾਮੀ ਮੀਟਿੰਗ ਹੋਈ। ਇਸ ਦੌਰਾਨ ਸਰਕਾਰ ਨੇ ਨਸ਼ਾ ਤਸਕਰਾਂ ਨੂੰ ਮੌਤ ਦੀ ਸਜ਼ਾ ਦੇਣ ਦਾ ਮਤਾ ਪਾਸ ਕੀਤਾ ਹੈ। ਨਸ਼ੇ ਕਾਰਨ ਬੀਤੇ ਮਹੀਨੇ 2 ਦਰਜਨ ਤੋਂ ਵੱਧ ਮੌਤਾਂ ਤੋਂ ਬਾਅਦ ਕੈਪਟਨ ਸਰਕਾਰ ਨੇ ਕੈਬਨਿਟ ਮੀਟਿੰਗ ਵਿੱਚ ਇਹ ਫੈਸਲਾ ਲਿਆ ਹੈ। ਕੈਬਨਿਟ ਮੀਟਿੰਗ ਵਿੱਚ ਇਹ ਸਹਿਮਤੀ ਬਣੀ ਹੈ ਕਿ ਨਸ਼ਾ ਤਸਕਰਾਂ ਨੂੰ ਮੌਤ ਦੀ ਸਜ਼ਾ ਦੇਣ ਸੰਬੰਧੀ ਕਾਨੂੰਨ ਤਿਆਰ ਕਰਕੇ ਕੇਂਦਰ ਨੂੰ ਮਨਜ਼ੂਰੀ ਲਈ ਭੇਜਿਆ ਜਾਵੇਗਾ। ਕੈਬਨਿਟ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਨਸ਼ੇ ਦੇ ਕਾਰੋਬਾਰ ਵਿੱਚ ਲੱਗੇ ਹਰ ਵਿਅਕਤੀ ਵਿਰੁੱਧ ਸਖ਼ਤੀ ਵਰਤੀ ਜਾਵੇਗੀ। ਬਾਜਵਾ ਨੇ ਕਿਹਾ ਕਿ ਬੇਸ਼ੱਕ ਅਫਸਰ ਹੋਵੇ ਜਾਂ ਤਸਕਰ, ਕੋਈ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜਿਹੜੀ ਕੈਬਨਿਟ ਮੀਟਿੰਗ 'ਚ ਮੇਨ ਮੁੱਦਾ ਸੀਗਾ ਵੀ ਜਿਹੜੇ ਡਰੱਗ ਵੇਚਣ ਵਾਲੇ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਵੀ ਹੋਣੀ ਚਾਹੀਦੀ ਆ, ਉਹਦੀ ਚਿੱਠੀ ਸੈਂਟਰ ਸਰਕਾਰ ਨੂੰ ਭੇਜੀ ਜਾ ਸਕੇ ਤਾਂ ਜੋ ਇਹ ਮਸਲਾ ਪੰਜਾਬ ਸਰਕਾਰ ਦੇ ਵੱਸ ਨਹੀਂ, ਸੈਂਟਰ ਸਰਕਾਰ ਦੇ ਵੱਸ ਆ। ਉਹਨੂੰ ਰਿਕਮੈਂਡ ਕਰਕੇ ਭੇਜਾਂਗੇ ਵੀ ਇਹ ਜਿਹੜਾ ਬਿਮਾਰੀ ਆ ਇਹਦਾ ਪੱਕਾ ਇਲਾਜ ਅਸੀਂ ਸੋਚਦੇ ਹਾਂ ਫਾਂਸੀ ਹੋਈ ਆ, ਅਤੇ ਉਹ ਰਿਕਮੈਂਡ ਕਰਕੇ ਸੈਂਟਰ ਗਵਰਨਮੈਂਟ ਭੇਜੇਗੀ। ਦੂਜੇ ਜਿਨ੍ਹਾਂ ਦੇ ਖਿਲਾਫ਼ ਸਬੂਤ ਮਿਲੇਗਾ, ਭਾਵੇਂ ਉਹ ਆਮ ਸਿਟੀਜਨ ਆ ਭਾਵੇਂ ਉਹ ਅਫਸਰ ਆ, ਕਿਸੇ ਨੂੰ ਮਾਫ਼ ਨਹੀਂ ਕੀਤਾ ਜਾਏਗਾ, ਸਖ਼ਤ ਤੋਂ ਸਖ਼ਤ ਐਕਸ਼ਨ ਲਿਆ ਜਾਵੇ। ਇਹ ਅੱਜ ਦਾ ਫੈਸਲਾ ਸੀ। ਬਾਕੀ DGP ਸਾਹਿਬ ਨੇ ਆਪਣੇ ਕੋਲ ਅੰਕੜੇ ਦਿੱਤੇ, ਇੰਨੇ ਪਰਚੇ ਹੋ ਗਏ, ਉਹ ਤੁਹਾਨੂੰ ਅੰਕੜੇ ਮਿਲ ਜਾਣਗੇ। ਸੋ ਇੰਨੀ ਜਿਹੜੀ ਸੀ ਸਾਡੀ ਅਫੀਸ਼ੀਅਲ ਕੈਬਨਿਟ ਮੀਟਿੰਗ। ਕੈਪਟਨ ਸਰਕਾਰ ਹੋਵੇ ਜਾਂ ਅਕਾਲੀ ਭਾਜਪਾ ਸਰਕਾਰ, ਨਸ਼ੇ ਦਾ ਮੁੱਦਾ ਦੋਵਾਂ 'ਤੇ ਭਾਰੀ ਰਿਹਾ ਹੈ। ਪਿਛਲੇ ਕੁਝ ਸਮੇਂ ਦੌਰਾਨ ਪੰਜਾਬ ਵਿੱਚ ਨਸ਼ੇ ਦੇ ਓਵਰਡੋਜ਼ ਕਾਰਨ ਬਹੁਤ ਸਾਰੇ ਨੌਜਵਾਨਾਂ ਦੀਆਂ ਮੌਤਾਂ ਹੋ ਗਈਆਂ ਹਨ, ਜਦਕਿ ਕੈਪਟਨ ਸਰਕਾਰ ਵੱਲੋਂ ਪੰਜਾਬ ਵਿੱਚ ਨਸ਼ਾ ਖਤਮ ਹੋਣ ਦੇ ਦਾਅਵੇ ਕੀਤੇ ਜਾ ਰਹੇ ਹਨ। ਬੀਤੇ ਕੱਲ੍ਹ ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਬਿਆਨ ਦਿੱਤਾ ਕਿ ਨਸ਼ੇ ਦੀ ਸਪਲਾਈ ਲਾਈਨ ਟੁੱਟ ਗਈ ਹੈ, ਜਿਸ ਕਾਰਨ ਨੌਜਵਾਨ ਹੋਰਨਾਂ ਨਸ਼ੀਲੀਆਂ ਦਵਾਈਆਂ ਦੀ ਵਰਤੋਂ ਕਰ ਰਹੇ ਹਨ। ਇਸੇ ਮੁੱਦੇ 'ਤੇ ਅੱਜ ਭਾਜਪਾ ਵੱਲੋਂ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਕੈਪਟਨ ਸਰਕਾਰ ਦੇ ਪੁਤਲੇ ਫੂਕ ਕੇ ਪ੍ਰਦਰਸ਼ਨ ਕੀਤੇ ਗਏ। ਹੁਸ਼ਿਆਰਪੁਰ ਵਿੱਚ ਪ੍ਰਦਰਸ਼ਨ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਕਾਂਗਰਸ ਨੇ ਸੱਤਾ ਹਾਸਲ ਕਰਨ ਲਈ ਝੂਠ ਦਾ ਸਹਾਰਾ ਲਿਆ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਸ਼ੇ ਨੂੰ ਪੰਜਾਬ ਵਿੱਚੋਂ ਜਲਦ ਖਤਮ ਕਰੇ, ਨਹੀਂ ਤਾਂ ਭਾਜਪਾ ਹੋਰ ਸਖ਼ਤ ਰੁੱਖ ਅਖਤਿਆਰ ਕਰੇਗੀ। ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਇਹ ਫੈਸਲਾ ਲਿਆ ਗਿਆ ਸੀ ਕਿ ਅੱਜ ਸਾਰੇ ਡਿਸਟ੍ਰਿਕਟ ਹੈੱਡਕੁਆਰਟਰ 'ਤੇ ਜੋ ਦਿਨ ਪਰ ਦਿਨ ਨਸ਼ਿਆਂ ਦੇ ਨਾਲ ਪੰਜਾਬ ਦੇ ਨੌਜਵਾਨ ਦੀ ਮੌਤ ਹੋ ਰਹੀ ਹੈ, ਨਸ਼ਾਖੋਰੀ ਵੱਧ ਰਹੀ ਹੈ ਔਰ ਬਹੁਤ ਵੱਡੇ ਲੋਕ ਵੀ ਇਹਨਾਂ ਨਸ਼ਿਆਂ ਦੇ ਵਪਾਰ 'ਚ ਸ਼ਾਮਲ ਨੇ, ਜਿਸ ਤਰ੍ਹਾਂ ਕੈਪਟਨ ਸਰਕਾਰ ਨੇ ਆਉਂਦੇ ਫੈਸਲਾ ਕੀਤਾ ਸੀਗਾ, ਗੁਟਕਾ ਸਾਹਿਬ ਦੀ ਸਹੁੰ ਲੈ ਕੇ ਫੈਸਲਾ ਕੀਤਾ ਸੀਗਾ, ਸਿਰ 'ਤੇ ਗੁਟਕਾ ਸਾਹਿਬ ਨੂੰ ਰੱਖ ਕੇ ਫੈਸਲਾ ਕੀਤਾ ਸੀਗਾ ਕਿ ਸਰਕਾਰ ਆਉਂਦੇ ਨਸ਼ਿਆਂ 'ਤੇ ਨਕੇਲ ਪਾਵਾਂਗੇ। ਪਰ ਅਫਸੋਸ ਦੀ ਗੱਲ, ਰੋਜ਼ ਸਾਡੇ ਬੱਚੇ ਜਿਹੜੇ ਨੇ ਉਹ ਨਸ਼ਿਆਂ ਦੇ ਕਾਰਨ ਮਰ ਰਹੇ ਨੇ, ਨਸ਼ਿਆਂ ਦੀ ਗਰਜ਼ ਡੁੱਬ ਕੇ ਕਈ ਪਰਿਵਾਰ ਖਤਮ ਹੋ ਰਹੇ ਨੇ, ਪਰ ਇਸ ਸਰਕਾਰ ਵੱਲੋਂ ਕੋਈ ਵੀ ਉਪਰਾਲਾ ਜਿਹੜਾ ਹੈ ਇਹ ਨਸ਼ਿਆਂ ਨੂੰ ਰੋਕਣ ਦਾ, ਨਸ਼ਿਆਂ ਦੇ ਵਪਾਰੀ ਨੂੰ ਰੋਕਣ ਦਾ ਨਹੀਂ ਹੋ ਰਿਹਾ। ਅੱਜ ਇਹ ਚੇਤਾਵਨੀ ਦੇਣ ਵਾਸਤੇ ਅਸੀਂ ਸਾਰੇ ਇੱਥੇ ਭਾਰਤੀ ਜਨਤਾ ਪਾਰਟੀ ਦੇ ਲੋਕ ਇਕੱਠੇ ਹੋਏ ਹਾਂ ਔਰ ਸਾਰੇ ਪੰਜਾਬ ਦੇ ਵਿੱਚ ਡਿਸਟ੍ਰਿਕਟ ਹੈੱਡਕੁਆਰਟਰ 'ਤੇ ਇਹ ਧਰਨੇ ਦਿੱਤੇ ਜਾ ਰਹੇ ਨੇ। ਅੱਜ ਹੁਸ਼ਿਆਰਪੁਰ ਜ਼ਿਲ੍ਹਾ ਨੇ ਇਹ ਫੈਸਲਾ ਲਿੱਤਾ ਕਿ ਅਸੀਂ ਪੁਤਲਾ ਫੂਕ ਕੇ ਸਰਕਾਰ ਦਾ ਆਪਣਾ ਰੋਸ ਜਾਰੀ ਕਰੀਏ।
ਨਸ਼ੇ ਕਾਰਨ ਹੋਣ ਵਾਲੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੀਤੇ ਦਿਨ ਫਿਰੋਜ਼ਪੁਰ ਅਤੇ ਅਜਨਾਲਾ 'ਚ ਨਸ਼ੇ ਕਾਰਨ ਹੋਈਆਂ ਮੌਤਾਂ ਦੇ ਦੋ ਮਾਮਲੇ ਸਾਹਮਣੇ ਆਏ ਸਨ। ਅੱਜ ਫਿਰੋਜ਼ਪੁਰ ਅਤੇ ਤਲਵੰਡੀ ਸਾਬੋ ਵਿੱਚ ਨਸ਼ੇ ਕਾਰਨ 3 ਨੌਜਵਾਨਾਂ ਦੀ ਮੌਤ ਹੋਣ ਦੇ ਵੱਖ ਵੱਖ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਮੁਤਾਬਕ ਫਿਰੋਜ਼ਪੁਰ ਸ਼ਹਿਰ ਦੇ ਰਹਿਣ ਵਾਲੇ 22 ਸਾਲਾ ਨੌਜਵਾਨ ਸ਼ੁਭਮ ਦੀ ਬੀਤੀ ਰਾਤ ਨਸ਼ੇ ਦੀ ਜ਼ਿਆਦਾ ਓਵਰਡੋਜ਼ ਲੈਣ ਕਾਰਨ ਹਾਲਤ ਵਿਗੜ ਗਈ, ਜਿਸ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ। ਫਿਰੋਜ਼ਪੁਰ ਦੇ ਹੀ ਪਿੰਡ ਖਲਚੀਆਂ ਕਦੀਮ ਦੇ 27 ਸਾਲਾ ਤਰਸੇਮ ਨਾਂ ਦੇ ਨੌਜਵਾਨ ਦੀ ਵੀ ਨਸ਼ੇ ਕਾਰਨ ਮੌਤ ਹੋਈ ਦੱਸੀ ਜਾ ਰਹੀ ਹੈ। ਤਰਸੇਮ ਦੀ ਹੋਈ ਮੌਤ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਕਾਰਕੁਨਾਂ ਨੇ ਪ੍ਰਸ਼ਾਸਨ ਖਿਲਾਫ਼ ਰੋਸ ਪ੍ਰਦਰਸ਼ਨ ਵੀ ਕੀਤਾ। ਇਤਿਹਾਸਕ ਨਗਰ ਤਲਵੰਡੀ ਸਾਬੋ ਵਿੱਚ ਵੀ ਨਾਮੁਰਾਦ ਨਸ਼ੇ ਚਿੱਟੇ ਨੇ ਆਪਣੇ ਪੈਰ ਤੇਜ਼ੀ ਨਾਲ ਪਸਾਰਨੇ ਸ਼ੁਰੂ ਕਰ ਦਿੱਤੇ ਹਨ। ਬੀਤੇ ਦਿਨ ਰਾਮਾ ਮੰਡੀ ਦੇ ਕਾਂਗਰਸੀ ਕੌਂਸਲਰ ਦੇ ਭਰਾ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਦੀ ਖਬਰ ਅਜੇ ਫਿੱਕੀ ਨਹੀਂ ਪਈ ਸੀ ਕਿ ਬੀਤੀ ਦੇਰ ਰਾਤ ਸ਼ਹਿਰ ਦੇ ਇੱਕ ਹੋਰ ਨੌਜਵਾਨ ਲਵਪ੍ਰੀਤ ਸਿੰਘ ਬੱਬੂ ਦੀ ਚਿੱਟੇ ਦੀ ਡੋਜ਼ ਨਾਲ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਕਰੀਬ 21 ਸਾਲ ਦੇ ਨੌਜਵਾਨ ਬੱਬੂ ਦੀ ਮ੍ਰਿਤਕ ਦੇਹ ਬੀਤੀ ਦੇਰ ਰਾਤ ਰਜਵਾਹੇ ਕੋਲੋਂ ਮਿਲੀ ਹੈ। ਲਾਸ਼ ਕੋਲੋਂ ਇੱਕ ਸਿਰਿੰਜ ਵੀ ਮਿਲੀ ਹੈ। ਮ੍ਰਿਤਕ ਦੇ ਮਾਪਿਆਂ ਨੇ ਵੀ ਮੰਨਿਆ ਕਿ ਬੱਬੂ ਚਿੱਟੇ ਦਾ ਆਦੀ ਸੀ ਅਤੇ ਬੀਤੀ ਰਾਤ ਅਣਪਛਾਤਾ ਨੌਜਵਾਨ ਉਸ ਨੂੰ ਘਰੋਂ ਲੈ ਕੇ ਗਿਆ ਸੀ। ਬਾਗ ਚ ਲਿਆਂਦਾ ਚੱਕ ਕੇ ਬੁੱਢਾ ਦਾ ਲਾਣੇ ਸੂਏ ਕੋਲ ਤੇ ਪੁਲਿਸ ਦਾਅਵੇ ਕਰਦੀ ਇੱਥੇ ਵੀ ਇੱਥੇ ਦਿਖਦਾ ਨੀ ਤਲਵੰਡੀ ਸਾਬੋ ਜੀ ਚਿੱਟਾ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੌਤ ਕਰ ਦਿੱਤੀ ਹੈ। ਗੱਲਾਂ ਦੱਸ ਕਰ ਲਿਆ ਸੀ, ਤਰਤੀ ਚੱਲ ਰਹੀ ਹੈ, ਪੋਸਟਮਾਰਟਮ ਕਰਾ ਕੇ ਅੰਮ੍ਰਿਤਸਰ ਰਿਪੋਰਟ ਭੇਜਾਂਗੇ ਤੇ ਬੰਦੇ ਅਰੈਸਟ ਕਰਾਂਗੇ ਭਰ ਕੇ। ਪਹਿਲਾਂ ਵੀ ਆਦੀ ਸੀਗਾ ਚਿੱਟੇ ਦੇ? ਇਹ ਪਹਿਲਾਂ ਨਸ਼ੇ ਕਰਦਾ ਸੀ, ਸਖਤੀ ਅਸੀਂ ਪੂਰੀ ਕੀਤੀ ਹੋਈ ਹੈ ਇਸ ਟਾਈਮ, ਔਰ ਚੰਦ ਲੋਕ ਬਾਰਡਰ ਲਾ ਕੇ ਹੋਣ ਕਰਕੇ ਉੱਥੋਂ ਸਮਾਨ ਲੈ ਆਉਂਦੇ ਨੇ ਅਤੇ ਚੋਰੀ ਸਭ ਲੈ ਕੇ ਆਉਂਦੇ, ਲਿਆਉਂਦੇ ਥੋੜ੍ਹਾ ਜਿਹਾ 2 ਗ੍ਰਾਮ ਲੈ ਕੇ ਆਉਂਦੇ ਨੇ, 1 ਗ੍ਰਾਮ ਪੀ ਲੈਂਦੇ ਨੇ, 1 ਗ੍ਰਾਮ ਗਾਹ ਦੇ ਦਿੰਦੇ ਨੇ ਅਤੇ ਕੋਈ ਵੱਡੀ ਮਾਤਰਾ ਵਿੱਚ ਨਹੀਂ ਕਰਦੇ, ਮਾਤਰਾ ਥੋੜ੍ਹੀ ਇਹਨਾਂ ਦੀ। ਅਫਗਾਨਿਸਤਾਨ 'ਚ ਕੱਲ੍ਹ ਹੋਏ ਸਿੱਖਾਂ 'ਤੇ ਹਮਲੇ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਨਿਖੇਧੀ ਕਰਦਿਆਂ ਕਿਹਾ ਕਿ ਇਹ ਹਮਲਾ ਜਾਣਬੁੱਝ ਕੇ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸੰਬੰਧਿਤ ਸਰਕਾਰ ਦਾ ਫਰਜ਼ ਹੈ। ਉਹਨਾਂ ਇਸ ਹਮਲੇ ਦੌਰਾਨ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਫਗਾਨਿਸਤਾਨ 'ਚ ਵਸਦੇ ਸਿੱਖ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਤੱਕ ਪਹੁੰਚ ਕਰੇਗੀ। ਦਿੱਲੀ ਦੇ ਬੁਰਾੜੀ ਵਿੱਚ ਇੱਕ ਘਰ ਵਿੱਚੋਂ ਮਿਲੀਆਂ 11 ਲਾਸ਼ਾਂ ਸੰਬੰਧੀ ਹੈਰਾਨੀਜਨਕ ਖੁਲਾਸੇ ਹੋ ਰਹੇ ਹਨ। ਘਰ 'ਚੋਂ ਮਿਲੇ ਇੱਕ ਰਜਿਸਟਰ ਨੇ ਪੁਲਿਸ ਜਾਂਚ ਨੂੰ ਉਲਝਾ ਦਿੱਤਾ ਹੈ। ਤੰਤਰ ਮੰਤਰ ਅਤੇ ਅੰਧ ਵਿਸ਼ਵਾਸ ਨੂੰ ਮੌਤਾਂ ਦਾ ਕਾਰਨ ਦੱਸਿਆ ਜਾ ਰਿਹਾ ਹੈ, ਕਿਉਂਕਿ ਬਰਾਮਦ ਕੀਤੇ ਰਜਿਸਟਰ ਵਿੱਚ ਮੁਕਤੀ ਪ੍ਰਾਪਤੀ ਲਈ ਜਿਨ੍ਹਾਂ ਮੌਤ ਦੇ ਢੰਗ ਤਰੀਕਿਆਂ ਬਾਰੇ ਜ਼ਿਕਰ ਕੀਤਾ ਗਿਆ ਹੈ, ਉਸੇ ਹਾਲਤ 'ਚ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਪੋਸਟਮਾਰਟਮ ਦੀ ਰਿਪੋਰਟ ਵਿੱਚ ਵੀ ਮੌਤ ਦਾ ਕਾਰਨ ਦਮ ਘੁੱਟਣਾ ਹੈ ਅਤੇ ਲਾਸ਼ਾਂ 'ਤੇ ਕਿਸੇ ਤਰ੍ਹਾਂ ਦੇ ਨਿਸ਼ਾਨ ਨਹੀਂ ਬਰਾਮਦ ਹੋਏ। ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦੀਆਂ ਅੱਖਾਂ ਦਾਨ ਕਰ ਦਿੱਤੀਆਂ ਹਨ। ਪੁਲਿਸ ਧਾਰਮਿਕ ਐਂਗਲ ਨਾਲ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇੱਕ ਹੀ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਕਿਤੇ ਮੁਕਤੀ ਪ੍ਰਾਪਤੀ ਲਈ ਤਾਂ ਖੁਦਕੁਸ਼ੀ ਨਹੀਂ ਕੀਤੀ। ਸਬੂਤਾਂ ਦੀ ਭਾਲ ਲਈ ਪੁਲਿਸ ਮ੍ਰਿਤਕਾਂ ਦੇ ਫੋਨ ਖੰਗਾਲ ਰਹੀ ਹੈ। ਹਮੇ ਅਭੀ ਕਲੀਅਰ ਲੱਗ ਰਿਹਾ ਹੈ ਕਿ ਘਰ ਮੇ ਕੁਛ ਧਾਰਮਿਕ ਪਰੰਪਰਾਏ ਜੋ ਕਿ ਮੋਕਸ਼ ਪ੍ਰਾਪਤ ਕਰਨੇ ਕੇ ਲਈ ਵੋ ਕੀ ਜਾ ਰਹੀ ਥੀ। तो जो हमें एविडेंस मिला है, जो राइटिंग्स थी कि मोक्ष प्राप्त करने के लिए कैसे कैसे प्रोसीजर क्या करना चाहिए वो मिला है, तो इसमें यूजुअली देखा जाता है कि जो इंसान जो हेड ऑफ द फैमिली होता है वो ये धार्मिक परंपराएं फॉलो करते हैं और फिर बाकी घर वालों को भी वो प्रेरित करते हैं ये मोक्ष प्राप्त करने के लिए। जैसे इसमें भी हमने देखा 2 बच्चे भी थे 15 साल के, तो इसमें जो है पूरी फैमिली को फिर प्रेरित किया जाता है कि वो फिर अपना मोक्ष प्राप्त करने के लिए जान दे दें। जहाँ तक फीमेल्स का सवाल है ना, फीमेल ज़्यादातर फॉलो करती हैं जो उनके हस्बैंड उनको बताते हैं। जहाँ तक बच्चों का सवाल है, जैसे इसमें भी 15 साल के 2 बच्चे थे, बच्चों को क्या है कि सोच समझ उतनी डेवलप नहीं होती तो वो फिर मान जाते हैं, क्योंकि बिना सोचे समझे फिर वो जो उनको कहा जाता है वो अल्टीमेटली मान जाते हैं।
इंडिया का जो कल्चर है ना, यहाँ पे ये है कि जन्म और मृत्यु के साइकिल से जब निकलना है तो वो एक मोक्ष जब किसी इंसान को मिल जाता है तो वो साइकिल से बाहर निकल जाता है, तो इस चीज को गलत तरीके से मिसयूज किया जाता है। तो मोक्ष प्राप्त करने के लिए जो बताया जाता है कि आप अपनी जान दे दो, है ना, ऐसे किस तरीके से करो, वो चीजें जो है उससे हमें सावधानी बरतनी बहुत जरूरी है। मुझे यही लगता है जी कि इसमें जो कि हम जैसे कोई पर्सन इन्वॉल्व्ड है जिसको कि हम तांत्रिक जैसे कहते हैं, उनके बताए गए कैसे मोक्ष प्राप्त करना है वो चीजें चल रही थी, तो मेरा बस इस केस में यही कहना होगा लोगों को कि इस चीजों से आप सावधान रहिए। अफगानिस्तान च कल सिखां ते होए हमले दे रोस वजों अज श्रोमणी गुरुद्वारा प्रबंधक कमेटी वालों सारे अदारे बंद रखे गए। इस दे तहत पटियाला दे गुरुद्वारा दुख निवारण साहिब विखे SGPC का दफ्तर भी बंद कर दिता गया। इस संबंधी जानकारी देंदिया श्रोमणी गुरुद्वारा प्रबंधक कमेटी के मैंबर सविंदर सिंह सब्बरवाल ने दसिया कि अफगानिस्तान च सिखां अते हिंदुओं नूं निशाना बना के कीते हमले दे रोस वजों श्रोमणी गुरुद्वारा प्रबंधक कमेटी के प्रधान गोबिंद सिंह लोंगोवाल ने यह फैसला लिया है। अफगानिस्तान के अंदर गुरसिखां ते सहिधारियां ते उत्तबादियां ने हमला करके उन्होंने मार दिता है और बड़ा भारी जुल्म है, वैशियाना हमला है और उतों की सरकार नू चाहिए है कि कातलों छेती छेती पकड़िया जाए। उस रोस वजों श्रोमणी कमेटी अमृतसर अते नाल लगते जो इतिहासक गुरुद्वारे हैं वह भी उस रोस वजों बंद किए गए। वो लोग गुरसिखा पसंद नहीं करते, गुरसिखा की चढ़ती कला उत्थे हो रही है, समागम कर रहे हैं और सियासत भी हिस्सा ले रहे हैं, जिस करके वो राष्ट्रपति नू मिलन भी जा रहे सन कि जो सिखा ते जुल्म होंदे नहीं होने चाहिए, तो वो ये चीज़ नू जर नहीं सके, इस करके सिखा ते हमला कर रहे हैं। साका नीला तारा दे समय जोधपुर जेल च नज़रबंद किए गए 40 सिखा नू केंद्र सरकार वालों मुआवजे की बाकी बची अद्धी राशि दी जाएगी। केंद्र सरकार का यह फैसला चंडीगढ़ हाईकोर्ट के आदेश तो बाद आया। दस दईए कि अमृतसर अदालत वालों पीड़ित सिखा नू 4,50,00,000 रुपए की मुआवजा राशि देने लिए कहा गया, जिस विचों 2,25,00,000 रुपए पंजाब सरकार वालों मुआवजा राशि वालों दे दिए गए सन। जिक्रयोग है कि केंद्र सरकार ने अमृतसर अदालत के फैसले नू पंजाब ते हरियाणा हाईकोर्ट विच चुनौती दित्ती सी। फाजिलका जिला पुलिस वालों नशे खिलाफ विड्डी मुहिम तहत जिले के वख वख थानों में NDPS एक्ट अधीन 12 मुकदमे दर्ज करके 3 औरतों सने 12 व्यक्तियों गिरफ्तार किया है। पुलिस ने इन्हों तो वख वख नशीले पदार्थ भी बरामद किए हैं। जिला पुलिस मुखी डॉक्टर केतन बलराम पाटिल ने दसिया कि फड़े गए व्यक्तियों को 63 ग्राम हैरोइन 2260 नशीलियां गोलियां बरामद की गई हैं। उन्होंने दसिया कि इस तो इलावा अबोहर के 2 थानों में शराब फड़ी गई है और जलालाबाद में एक मोटरसाइकिल चोर गिरोह के 2 मैंबरों 9 चोरी के मोटरसाइकिलों सने काबू किया है। टोटल 15 मुकदमे हमने दर्ज किए, इनमें से 12 जो FIR है या NDPS एक्ट के तहत दर्ज किए गए। इसमें 12 व्यक्ति अरेस्ट हुए, इनमें 3 लेडीज़ हैं, इनमें से कुल 63 ग्राम हेरोइन बरामद हुई है और 2260 जो नशीली टैबलेट्स है ये बरामद हुई है। इसके साथ 2 एक्साइज के भी FIR दर्ज हुए, इसमें हरियाणा की जो शराब है सिटी वन अबोहर में 40 पेटी शराब पकड़ी गई एक कैंटर में, सदर अबोहर में 30 पेटी शराब पकड़ी गई एक कार में पकड़ी गई है। इसके साथ साथ सदर जलालाबाद ने एक FIR दर्ज किया, उन्होंने 9 मोटरसाइकिल बरामद किए, 2 बंदे हैं हजारा राम सिंह के, इनसे 9 चोरी के मोटरसाइकिल बरामद हुए, टोटल 15 FIR दर्ज हुए। इसके साथ साथ SPD SP हेडक्वार्टर और सारे जो GO साहबान ने अलग अलग विलेजेस में जाके जितने भी लोग नशे के आदि है इनकी हम लिस्टें बना रहे हैं। पुरानी जो ड्रग ओवरडोज से जो डेथ्स हुई है 2014-15 से लेके अभी तक उसका हम सारे जांच कर रहे हैं और ये जो ऑपरेशन है जारी रहेगा। बठिंडा च बीते दिन 8 साल की बच्ची नाल हुए जबर जनाह के मामले में पुलिस ने एक मुलजम नु गिरफ्तार करके जेल भेज दिता है। जबर जनाह का उक्त मामला 27 जून का है। पीड़ित बच्ची की सेहत का हाल जानने लई बीते दिन सिविल हस्पताल बठिंडा विखे
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਪੁੱਜੇ ਸਨ, ਜਿੱਥੇ ਉਹਨਾਂ ਨੇ ਪੀੜਤ ਬੱਚੀ ਨੂੰ ਪੂਰੀ ਸਰਕਾਰੀ ਸਹਾਇਤਾ ਤੇ ਦੋਸ਼ੀਆਂ ਤੇ ਸਖਤ ਕਾਰਵਾਈ ਕਰਨ ਦੀ ਗੱਲ ਕਹੀ ਸੀ। ਦੇਖੋ, ਇੱਕ ਬੜੀ ਦੁਖਦ ਘਟਨਾ ਹੋਈ ਸੀ 27 ਜੂਨ ਨੂੰ ਪਿਛਲੇ ਮਹੀਨੇ, ਜਿਹਦੇ ਵਿੱਚ ਇੱਕ ਸਾਡੇ ਸ਼ਹਿਰ 'ਚ ਇੱਕ 8 ਸਾਲ ਦੀ ਮਾਸੂਮ ਬੱਚੀ ਨਾਲ ਰੇਪ ਦੀ ਘਟਨਾ ਹੋਈ ਸੀਗੀ। ਇਹ ਜਦੋਂ ਘਟਨਾ ਰਿਪੋਰਟ ਹੋਈ, ਉਸ ਤੋਂ ਇਮੀਡੀਏਟਲੀ ਬਾਅਦ ਪੁਲਿਸ ਨੇ ਤਫਤੀਸ਼ ਆਪਣੀ ਸ਼ੁਰੂ ਕਰਤੀ, ਉਸ ਏਰੀਏ ਦੀ ਪੂਰੀ ਸਕੈਨਿੰਗ ਕੀਤੀ। ਕੇਸ ਰਜਿਸਟਰ ਕਰਨ ਤੋਂ ਬਾਅਦ ਜਿਹੜੇ ਉਸ ਏਰੀਏ 'ਚ ਦੱਸਿਆ ਗਿਆ, ਜਿਹੜਾ ਹੋਲੀਆ ਸੀਗਾ ਉਹਦੇ ਜਿਹੜੇ ਨਾਲ ਰਲਦੇ ਹੋਏ ਨੌਜਵਾਨ ਸੀਗੇ ਮੁੰਡੇ, ਉਹਨਾਂ ਦੀ ਤਸਵੀਰਾਂ ਕਰਾਈਆਂ ਗਈਆਂ। ਤਕਰੀਬਨ 500 ਫੋਟੋਗ੍ਰਾਫ ਕਰਾਉਣ ਤੋਂ ਬਾਅਦ ਉਹ ਬੱਚੀ ਨੂੰ ਦਿਖਾਇਆ ਗਿਆ ਅਤੇ ਉਹਦੇ ਵਿੱਚੋਂ ਉਹਨੇ ਇੱਕ ਐਕਿਊਜ਼ ਜਿਹੜਾ ਹੈਗਾ ਆਈਡੈਂਟੀਫਾਈ ਕਰ ਲਿਆ। ਅਤੇ ਇਸ ਘਟਨਾ ਤੋਂ ਇਮੀਡੀਏਟਲੀ ਬਾਅਦ ਪੁਲਿਸ ਦੇ ਤੇਜ਼ ਐਕਸ਼ਨ ਕਰਕੇ ਇਹ 3 ਦਿਨਾਂ ਵਿੱਚ ਸਾਨੂੰ ਇਸ ਕੇਸ ਨੂੰ ਟਰੇਸ ਕਰਨ 'ਚ ਕਾਮਯਾਬੀ ਮਿਲੀ ਹੈ। ਅਤੇ ਜਿਹੜਾ ਇਹ ਮੁਲਜ਼ਮ ਹੈਗਾ, ਇਹਦਾ ਨਾਮ ਵਿੱਕੀ ਹੈਗਾ, ਇਹ 29 ਸਾਲ ਦਾ, ਉਸੀ ਏਰੀਏ 'ਚ ਰਹਿੰਦਾ। ਅਤੇ ਇਹ ਜਿਹੜਾ ਹੈਗਾ ਸਾਡੇ ਵੱਲੋਂ ਅੱਜ ਉਹਦੀ ਨਿਸ਼ਾਨਦੇਹੀ ਹੋਣ ਤੋਂ ਬਾਅਦ ਅੱਜ ਸਵੇਰ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਪੱਧਰ ਦੇ ਪੰਜਾਬੀ ਵਾਧੂ ਵਿਸ਼ੇ ਦੀ ਸੈਸ਼ਨ 2018-19 ਦੂਜੀ ਤਿਮਾਹੀ ਦੀ ਪ੍ਰੀਖਿਆ ਲੈਣ ਲਈ ਮਿਤੀ 26 ਅਤੇ 27 ਜੁਲਾਈ ਨਿਸ਼ਚਿਤ ਕੀਤੀ ਗਈ ਹੈ। ਪੰਜਾਬੀ ਏ ਦੀ ਪ੍ਰੀਖਿਆ 26 ਜੁਲਾਈ ਅਤੇ ਪੰਜਾਬੀ ਬੀ ਦੀ ਪ੍ਰੀਖਿਆ 27 ਜੁਲਾਈ ਨੂੰ ਹੋਵੇਗੀ। ਬੋਰਡ ਦੇ ਸਕੱਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰੀਖਿਆ ਫਾਰਮ ਬੋਰਡ ਦੀ ਵੈਬਸਾਈਟ 'ਤੇ 2 ਜੁਲਾਈ ਤੋਂ ਉਪਲਬਧ ਹੋਣਗੇ। ਆਨਲਾਈਨ ਪ੍ਰੀਖਿਆ ਫਾਰਮ ਹਰ ਪੱਖੋਂ ਮੁਕੰਮਲ ਕਰਨ ਉਪਰੰਤ 17 ਜੁਲਾਈ ਤੱਕ ਫਾਰਮ ਸੈਕਸ਼ਨ ਪ੍ਰੀਖਿਆ 10ਵੀਂ ਮੁੱਖ ਦਫ਼ਤਰ ਪੰਜਾਬ ਸਕੂਲ ਸਿੱਖਿਆ ਬੋਰਡ SAS ਨਗਰ ਵਿਖੇ ਪ੍ਰਾਪਤ ਕੀਤੇ ਜਾਣਗੇ। ਉਹਨਾਂ ਦਾ ਕਹਿਣਾ ਹੈ ਕਿ ਰੋਲ ਨੰਬਰ ਬੋਰਡ ਦੀ ਵੈਬਸਾਈਟ 'ਤੇ 23 ਜੁਲਾਈ ਤੋਂ ਉਪਲਬਧ ਹੋਣਗੇ। ਪ੍ਰੀਖਿਆ ਫਾਰਮ ਜਮ੍ਹਾਂ ਕਰਵਾਉਣ ਸਮੇਂ ਪ੍ਰੀਖਿਆਰਥੀ ਆਪਣੇ ਮੈਟ੍ਰਿਕ ਪਾਸ ਦੇ ਅਸਲ ਸਰਟੀਫਿਕੇਟ, ਫੋਟੋ ਪਹਿਚਾਣ ਪੱਤਰ ਅਤੇ ਉਹਨਾਂ ਦੀਆਂ ਤਸਦੀਕਸ਼ੁਦਾ ਫੋਟੋ ਕਾਪੀਆਂ ਨਾਲ ਲੈ ਕੇ ਆਉਣ। ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਦੀ ਪਤਨੀ ਐਂਡਰੀਆ ਅਤੇ ਗਾਇਕ ਅੰਕਿਤ ਤਿਵਾੜੀ ਦੇ ਪਿਤਾ ਨੇ ਸ਼ੋਸ਼ਣ ਦਾ ਮਾਮਲਾ ਦਰਜ ਕਰਾਇਆ ਹੈ। ਉਹਨਾਂ ਐਂਡਰੀਆ ਖਿਲਾਫ਼ ਕੁੱਟਮਾਰ ਦੀ ਸ਼ਿਕਾਇਤ ਦਰਜ ਕਰਾਈ ਹੈ। ਇਸ ਮਾਮਲੇ ਵਿੱਚ ਦੋਵਾਂ ਧਿਰਾਂ ਨੇ ਆਪਣੇ ਪੱਖ ਸਾਹਮਣੇ ਰੱਖੇ ਹਨ। ਇਸ ਮਾਮਲੇ ਵਿੱਚ ਅੰਕਿਤ ਤਿਵਾੜੀ ਦੇ ਪਿਤਾ ਨੇ ਕਿਹਾ ਕਿ ਉਹਨਾਂ ਐਂਡਰੀਆ ਨਾਲ ਕੋਈ ਬਦਸਲੂਕੀ ਨਹੀਂ ਕੀਤੀ, ਬਲਕਿ ਐਂਡਰੀਆ ਨੇ ਖੁਦ ਪਹਿਲਾਂ ਹੱਥੋਂ ਪਾਈ ਕੀਤੀ ਸੀ। ਇਹ ਘਟਨਾ ਮਾਲ ਵਿੱਚ ਹੋਈ ਸੀ ਅਤੇ ਉੱਥੋਂ ਦੇ CCTV ਕੈਮਰਿਆਂ ਵਿੱਚ ਕੈਦ ਵੀ ਹੋਈ ਹੈ। ਆਪਣਾ ਪੱਖ ਰੱਖਣ ਲਈ ਉਹਨਾਂ ਸਬੂਤ ਦੇ ਵਜੋਂ ਮਾਲ ਦੀ ਵੀਡੀਓ ਵੀ ਪੇਸ਼ ਕੀਤੀ। ਅਤੇ ਇਸ ਦੇ ਨਾਲ ਹੀ ਅਜੀਤ ਖਬਰਾਂ ਦਾ ਅੱਜ ਦਾ ਇਹ ਬੁਲੇਟਿਨ ਇੱਥੇ ਹੀ ਖਤਮ ਹੁੰਦਾ ਹੈ। ਕੱਲ੍ਹ ਤੁਹਾਡੀ ਖਿਦਮਤ ਵਿੱਚ ਤਾਜ਼ਾ ਤਰੀਨ ਖਬਰਾਂ ਦਾ ਇੱਕ ਹੋਰ ਬੁਲੇਟਿਨ ਲੈ ਕੇ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਦੇ ਲਈ ਵੇਖਦੇ ਰਹੋ ਅਜੀਤ ਵੈੱਬ TV।